ਸ਼੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਵਾਲੇ ਮੁਸਲਿਮ ਸੰਤ ਮੀਆਂ ਮੀਰ ਜੀ ਦੀ ਯਾਦ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਸਾਈਂ ਮੀਆਂ ਮੀਰ ਜੀ ਫਾਊਂਡੇਸ਼ਨ ਲਾਹੌਰ ਤੇ ਸਾਈਂ ਮੀਆਂ ਮੀਰ ਜੀ ਫਾਊਂਡੇਸ਼ਨ ਭਾਰਤ ਪੰਜਾਬ ਦੇ ਵੱਲੋਂ ਸਾਂਝੇ ਤੌਰ ਤੇ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਣ ਦੇ ਲਈ 101 ਸ਼ਰਧਾਲੂਆਂ ਦਾ ਜੱਥਾ ਬਟਾਲਾ ਤੋਂ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਇਆ। ਬਟਾਲਾ ਤੋਂ ਕਰਤਾਰਪੁਰ ਸਾਹਿਬ ਲਈ ਜੋ 101 ਸ਼ਰਧਾਲੂਆਂ ਦਾ ਜੱਥਾ ਰਵਾਨਾ ਹੋਇਆ ਹੈ, ਉਸ ਜੱਥੇ ਦੀ ਅਗਵਾਈ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਇਕਬਾਲ ਸਿੰਘ ਤੇ ਸਾਈਂ ਮੀਆਂ ਮੀਰ ਜੀ ਫਾਊਂਡੇਸ਼ਨ ਭਾਰਤ ਪੰਜਾਬ ਦੇ ਚੇਅਰਮੈਨ ਰੁਪਿੰਦਰ ਸਿੰਘ ਸ਼ਿਆਮਪੁਰਾ ਨੇ ਕੀਤੀ। ਦੱਸ ਦਈਏ ਕਿ ਇਹ ਜੱਥਾ ਬਟਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਹੋਇਆ ਅਰਦਾਸ ਕਰਨ ਤੋਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਈ ਰਵਾਨਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਚਲ ਨੀਵ ਧਰੀ ਗੁਰੂ ਨਾਨਕ, ਨਿਤ ਨਿਤ ਚੜ੍ਹੇ ਸਵਾਈ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਜਦੋਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ, ਸਾਈਂ ਮੀਆਂ ਮੀਰ ਜੀ ਨੂੰ ਬੜੇ ਸਤਿਕਾਰ ਨਾਲ ਸਤਿਗੁਰੂ ਜੀ ਨੇ ਸੱਦ ਕੇ ਉਹਨਾਂ ਦੇ ਕਰ ਕਮਲਾਂ ਦੇ ਦੁਆਰਾ ਨੀਂਹ ਰਖਵਾਈ। ਇਹ ਪਾਵਨ ਦਿਹਾੜਾ ਮਾਘੀ ਵਾਲੇ ਦਿਨ ਦਾ ਪਹਿਲੀ ਵਾਰ ਇਤਿਹਾਸ ਵਿੱਚ ਸਾਈਂ ਮੀਆਂ ਮੀਰ ਦੀ ਜੋ ਅੰਸ਼ ਬੰਸ਼, ਉਹਨਾਂ ਦੀ ਜੋ ਗੱਦੀ ਨਸ਼ੀਨ ਹਨ, ਸਾਈਂ ਅਲੀ ਰਜ਼ਾ ਕਾਦਰੀ, ਉਹਨਾਂ ਦੇ ਉੱਦਮ ਦੇ ਨਾਲ ਬਹੁਤ ਵੱਡਾ ਅੱਜ ਸਮਾਗਮ ਕਰਤਾਰਪੁਰ ਸਾਹਿਬ ਵਿਖੇ ਹੋ ਰਿਹਾ ਹੈ। ਅਤੇ ਕੱਲ੍ਹ ਮਾਘੀ ਵਾਲੇ ਦਿਨ ਲਾਹੌਰ ਉਹਨਾਂ ਦੇ ਅਸਥਾਨ 'ਤੇ ਬਹੁਤ ਵੱਡਾ ਸਮਾਗਮ ਮਨਾਇਆ ਜਾ ਰਿਹਾ ਹੈ। ਸੋ ਇੱਥੋਂ ਵਿਸ਼ੇਸ਼ ਕਰਕੇ ਜੋ ਬਹੁਤ ਹੀ ਪਿਆਰ ਵਾਲੇ ਸਰਦਾਰ ਰੁਪਿੰਦਰ ਸਿੰਘ ਜੀ ਸ਼ਾਮਪੁਰਾ, ਉਹਨਾਂ ਦਾ ਉੱਦਮ ਹੈ, ਉਹਨਾਂ ਦੀ ਪ੍ਰੇਰਣਾ ਦਾ ਸਦਕਾ ਬਹੁਤ ਸਾਰੇ ਪਤਵੰਤੇ ਗੁਰੂ ਪਿਆਰ ਵਾਲੇ ਗੁਰਸਿੱਖ ਜੋ ਹਨ ਉਹ ਨਾਲ ਸ਼ਮੂਲੀਅਤ ਕਰਕੇ ਜਾ ਰਹੇ ਹਨ ਦਰਸ਼ਨ ਕਰਨ ਦੇ ਵਾਸਤੇ। ਜਿਵੇਂ ਸੱਚਖੰਡ ਹਜ਼ੂਰ ਸਾਹਿਬ ਤੋਂ ਬਾਬਾ ਕੁਲਵੰਤ ਸਿੰਘ ਜੀ ਜਗਦਾਰ ਸਾਹਿਬ ਵੱਲੋਂ ਅਤੇ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਜੀ ਮਿਨਹਾਸ, ਸੀਨੀਅਰ ਮੀਤ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਜੀ ਬਾਵਾ ਵੱਲੋਂ, ਸਰਦਾਰ ਡੀ ਪੀ ਸਿੰਘ ਜੀ ਜੋ ਮੁੱਖ ਪ੍ਰਬੰਧਕ ਹਨ ਬੋਰਡ ਦੇ, ਉਹ ਸ਼ਮੂਲੀਅਤ ਕਰ ਰਹੇ ਹਨ। ਇਸੇ ਤਰ੍ਹਾਂ ਸੱਚਖੰਡ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਵੱਲੋਂ ਸਨਮਾਨ, ਅਤੇ ਨਾਲ ਹੀ ਖਾਲਸਾ ਐਡ ਦੇ ਜੋ ਸੇਵਕ ਹਨ ਮੁਖੀ, ਉਹ ਵੀ ਹਾਜ਼ਰੀਆਂ ਭਰ ਰਹੇ ਹਨ। ਇਸੇ ਤਰ੍ਹਾਂ ਹੀ ਗਿਆਨੀ ਭਗਵਾਨ ਸਿੰਘ ਜੀ ਜੌਹਲ, ਉਹਨਾਂ ਦੀ ਵੀ ਸ਼ਮੂਲੀਅਤ ਹੈ। ਸੋ ਬਹੁਤ ਸਾਰੇ ਪਤਵੰਤੇ ਗੁਰੂ ਪਿਆਰ ਵਾਲੇ ਗੁਰਸਿੱਖ ਦਸ਼ਮੇਸ਼ ਪਿਤਾ ਦੇ ਨਿਵਾਜੇ ਹੋਏ ਵੱਡੇ ਪੱਧਰ 'ਤੇ ਹਾਜ਼ਰੀਆਂ ਭਰਨ ਵਾਸਤੇ ਅੱਜ ਅਸੀਂ ਕਰਤਾਰਪੁਰ ਸਾਹਿਬ ਵਿਖੇ ਜਾ ਰਹੇ ਹਾਂ। ਉੱਥੇ ਵਿਸ਼ੇਸ਼ ਪ੍ਰੋਗਰਾਮ ਜੋ ਹੈ ਉਹ 10 ਤੋਂ 2 ਵਜੇ ਤੱਕ ਚੱਲੇਗਾ, ਜਿਹਦੇ ਵਿੱਚ ਸੋ ਪਾਕਿਸਤਾਨ ਦੇ ਕੁਝ ਮੰਤਰੀ ਵੀ ਆ ਰਹੇ ਹਨ, ਹੋਰ ਵੀ ਅਹੁਦੇਦਾਰ ਪਹੁੰਚ ਰਹੇ ਹਨ, ਹੋਰ ਵਿਦੇਸ਼ਾਂ ਤੋਂ ਵੀ ਸੰਗਤਾਂ ਪਹੁੰਚ ਰਹੀਆਂ ਹਨ। ਸੋ ਇਹ ਪਹਿਲੀ ਵਾਰ ਇਹ ਵੱਡਾ ਸਮਾਗਮ ਹੋ ਰਿਹਾ ਹੈ, ਨੀਂਹ ਪੱਥਰ ਦਾ ਜੋ ਸਮਾਗਮ ਹੈ ਹਰਿਮੰਦਰ ਸਾਹਿਬ ਜੀ ਦਾ, ਇਹ ਪਹਿਲੀ ਵਾਰ ਹੋ ਰਿਹਾ ਹੈ। ਇਸ ਕਰਕੇ ਦਾਸ ਸਾਰੀਆਂ ਸੰਗਤਾਂ ਨੂੰ, ਜਿਤਨੇ ਵੀ ਮੀਡੀਆ ਵਾਲੇ ਹਨ, ਅਜੀਤ ਵਾਲੇ ਜਾਂ ਹੋਰ ਟਾਈਮ ਟੀ ਵੀ ਚੜ੍ਹਦੀ ਕਲਾ ਵਾਲੇ, ਸੋ ਸਾਰਿਆਂ
ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ। ਵਿਸ਼ੇਸ਼ ਧੰਨਵਾਦ ਹੈ ਸਰਦਾਰ ਰੁਪਿੰਦਰ ਸਿੰਘ ਜੀ ਸ਼ਾਮਪੁਰਾ, ਜਿਨ੍ਹਾਂ ਦੀ ਬਹੁਤ ਵੱਡੀ ਪ੍ਰੇਰਣਾ ਅਤੇ ਉੱਦਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਈਂ ਮੀਆਂ ਮੀਰ ਜੀ ਦਾ ਪਹਿਲਾ ਫੰਕਸ਼ਨ, ਇਹ ਜਿਹੜਾ ਸਮਾਗਮ ਉੱਥੇ ਕਰਵਾਇਆ ਜਾ ਰਿਹਾ, ਇਸ ਤੋਂ ਪਹਿਲਾਂ ਕਿਉਂ ਨਹੀਂ ਸ਼੍ਰੋਮਣੀ ਕਮੇਟੀ ਜਾਂ ਹੋਰ ਜਥੇਬੰਦੀਆਂ ਵੱਲੋਂ ਇਸ ਵੱਲ ਗੌਰ ਕੀਤਾ ਗਿਆ ਕਿ ਇਹਨਾਂ ਦਾ ਸਮਾਗਮ ਵੀ ਮਨਾਇਆ ਜਾਣਾ ਚਾਹੀਦਾ? ਦੇਖੋ, ਇਹ ਹੁਣ ਇਹਦੇ ਕਾਰਨ ਮੈਂ ਨਹੀਂ ਦੱਸ ਸਕਦਾ, ਇਹ ਤਾਂ ਹੁਣ ਇਹਨਾਂ ਨੇ ਵੀ ਪਹਿਲੀ ਵਾਰ ਉੱਦਮ ਕੀਤਾ, ਉਹ ਤਾਂ ਇੱਕ ਲਹਿਰ ਚੱਲੀ ਹੈ ਸ਼ਤਾਬਦੀ ਮਨਾਉਣ ਦੀ। ਵਿਸ਼ੇਸ਼ ਕਰਕੇ ਜੋ 350 ਪ੍ਰਕਾਸ਼ ਦਸਮ ਪਾਤਸ਼ਾਹ ਦਾ ਤਖ਼ਤ ਹਰਿਮੰਦਰ ਪਟਨਾ ਸਾਹਿਬ ਮਨਾਇਆ ਗਿਆ, ਉਸ ਤੋਂ ਬਾਅਦ 550 ਸਾਲਾ ਸਤਿਗੁਰੂ ਨਾਨਕ ਦੇਵ ਸਾਹਿਬ ਦਾ, ਸੋ ਇਹ ਸ਼ਤਾਬਦੀਆਂ ਦੀ ਇੱਕ ਲਹਿਰ ਦੇ ਵਿੱਚ, ਇੱਕ ਉਤਸ਼ਾਹ ਦੇ ਵਿੱਚ, ਸੋ ਕਾਦਰੀ ਸਾਹਿਬ ਇਹਨਾਂ ਨੂੰ ਵੀ ਇਸ ਗੱਲ ਦਾ ਧਿਆਨ ਆਇਆ। ਇਹ ਇਹਨਾਂ ਵੱਲੋਂ ਵੀ ਇਹ ਪਹਿਲੀ ਵਾਰ ਉਪਰਾਲਾ ਹੋ ਰਿਹਾ ਹੈ, ਕਿਉਂਕਿ ਇਹਨਾਂ ਵਾਸਤੇ ਬਹੁਤ ਵੱਡੀ ਮਾਣ ਦੀ ਗੱਲ ਸੀ। ਇਹਨਾਂ ਦੇ ਵੱਡੇ ਬਜ਼ੁਰਗ ਸਾਈਂ ਮੀਆਂ ਮੀਰ ਜੀ ਨੇ ਨੀਂਹ ਰੱਖੀ ਹਰਿਮੰਦਰ ਸਾਹਿਬ ਦੀ, ਸੋ ਇਹਨਾਂ ਦੇ ਧਿਆਨ ਵਿੱਚ ਵੀ ਗੱਲ ਨਹੀਂ ਆਈ। ਇੱਕ ਗੁਰੂ ਸਾਹਿਬ ਦੀ ਕੋਈ ਪ੍ਰੇਰਣਾ ਹੀ ਹੋਈ ਹੈ, ਉਤਸ਼ਾਹ ਸਤਿਗੁਰੂ ਨੇ ਬਖਸ਼ਿਆ ਹੈ, ਤਾਂ ਹੀ ਐਸੇ ਉੱਦਮ ਹੋ ਰਹੇ। ਲੱਖਾਂ ਸਾਲਾਂ ਤੋਂ ਸ਼ਰਧਾਲੂ ਅਰਦਾਸਾਂ ਕਰਦੇ ਆ ਰਹੇ ਸੀ, ਸਰਹੱਦਾਂ 'ਤੇ ਜਾ ਕੇ ਅਰਦਾਸਾਂ ਹੁੰਦੀਆਂ ਰਹੀਆਂ, ਹਰ ਗੁਰੂ ਧਾਮਾਂ 'ਤੇ ਅਰਦਾਸਾਂ ਹੁੰਦੀਆਂ ਰਹੀਆਂ ਕਿ ਪੰਥ ਨਾਲੋਂ ਵਿਛੜੇ ਗੁਰੂ ਧਾਮਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਹੋਣ, ਇਹ ਸਰਹੱਦਾਂ ਦੇ ਰਸਤੇ ਖੁੱਲ੍ਹ ਜਾਣ। ਹੁਣ ਸਰਹੱਦਾਂ ਦੇ ਰਸਤੇ ਵੀ ਖੁੱਲ੍ਹ ਚੁੱਕੇ ਆ, 5000 ਦੀ ਗਿਣਤੀ ਕਹੀ ਗਈ ਸੀ ਕਿ ਰੋਜ਼ਾਨਾ ਸਰਧਾਲੂਆਂ ਦੀ ਜਾ ਸਕਦੀ ਆ। ਸਿੱਖ ਧਰਮ ਹਰ ਕੰਮ 'ਚ ਅੱਗੇ ਹੁੰਦਾ, ਪਰ ਕਿਉਂ ਉਹ ਗਿਣਤੀ ਦਾ ਅੰਕੜਾ ਹਾਲੇ ਤੱਕ ਨਹੀਂ ਛੂਹ ਪਾ ਰਿਹਾ? ਰੋਜ਼ਾਨਾ ਹੀ ਗਿਣਤੀ ਜਿਹੜੀ ਆ 500 ਤੋਂ 1000 ਤੱਕ ਹੀ ਰਹਿ ਰਹੀ ਹੈ, ਜਦਕਿ ਮਹੀਨੇ ਦੀ 1.5 ਲੱਖ ਦੇ ਕਰੀਬ ਗਿਣਤੀ ਹੋਣੀ ਚਾਹੀਦੀ ਸੀ। ਜਨਵਰੀ ਮਹੀਨੇ ਦੀ ਗਿਣਤੀ ਲਾ ਲਈਏ ਤਾਂ 3000 ਦੇ ਕਰੀਬ ਹੁਣ ਤੱਕ ਹੋਈ ਹੈ, ਸ਼ਰਧਾਲੂਆਂ ਦੀ ਕਮੀ ਕਿਉਂ ਰਹਿ ਰਹੀ ਹੈ? ਉਹਦੇ ਵਾਸਤੇ ਇਹ ਵੀ ਇੱਕ ਤਾਂ ਸਮੱਸਿਆਵਾਂ ਕਹੂੰ, ਦਾਸ ਵਾਸਤੇ ਭਾਵੇਂ ਗੁਰੂ ਸਾਹਿਬ ਨੇ ਵਿਦੇਸ਼ਾਂ ਦੇ ਬਹੁਤ ਵਾਰੀ ਯਾਤਰਾ ਕੀਤੀ ਹੈ, ਪਰ ਫਿਰ ਵੀ 15 ਦਿਨ ਲੱਗ ਗਏ ਤਿਆਰੀ ਵਾਸਤੇ, ਉੱਥੋਂ ਇਨਕੁਆਇਰੀ ਕਰਾਓ ਕੀ ਕਮੀਆਂ ਕੀ ਗੰਦੇ ਆ, ਵੀ ਕਿਉਂ ਕਿਉਂ ਨਹੀਂ ਸ਼ਰਧਾਲੂਆਂ ਦੀ ਗਿਣਤੀ ਵੱਧ ਰਹੀ, ਕਿੰਨਾ ਕਾਰਨ? ਲੋਕ ਤਾਂ ਬਹੁਤ ਜ਼ਿਆਦਾ ਤਿਆਰ ਨੇ ਜਾਣ ਵਾਸਤੇ, ਪਰ ਇਹ ਜਿਹੜੀ ਪਾਸਪੋਰਟ ਦੀ ਸਮੱਸਿਆ ਹੈਗੀ, ਇਹ ਇਨਕੁਆਇਰੀ ਦੀ ਸਮੱਸਿਆ, ਇਸ ਕਰਕੇ ਪਾਸਪੋਰਟ ਹਰੇ ਦੇ ਕੋਲ ਹੈ ਨਹੀਂ ਗੇ, ਅਤੇ ਇਸ ਕਰਕੇ ਪ੍ਰੋਬਲਮ ਆ ਰਹੀ। ਹੋਰ ਕੋਈ ਸੰਗਤਾਂ ਦਾ ਤਾਂ ਭਾਵੇਂ ਹੜ ਆ ਜਾਏ, ਭਾਵੇਂ ਲੱਖ ਵੀ ਰੋਜ਼ ਜਾ ਸਕਦਾ, ਪਰ ਇਹ ਮੁਸ਼ਕਿਲ ਕਰਕੇ ਨਹੀਂ ਜਾ ਰਹੇ। ਨਨਕਾਣਾ ਸਾਹਿਬ ਦੇ ਉੱਤੇ ਹਮਲੇ ਹੋਏ ਨੇ, ਜਿਹੜੀ ਸਿੱਖ ਕਮਿਊਨਿਟੀ ਉੱਧਰ ਪਾਕਿਸਤਾਨ ਰਹਿ ਰਹੀ, ਉਹਨਾਂ ਦੇ ਉੱਤੇ ਹਮਲੇ ਹੋ ਰਹੇ ਆ, ਕੀ ਕਹਿਣਾ ਚਾਹੋਗੇ ਇਹਨਾਂ ਹਮਲਿਆਂ ਦਾ? ਦੇਖੋ, ਇਹ ਤਾਂ ਮਨ ਭਾਗੀ ਗੱਲ ਹੈ, ਇਹਦੇ ਵਾਸਤੇ ਸਾਰੇ ਜਿਹੜੇ ਸਾਡੇ ਉੱਚ ਪੱਧਰ ਦੇ ਮੁਖੀ ਨੇ ਉਹ ਸਾਰੇ ਲੱਗੇ ਹੋਏ ਨੇ ਯਤਨ ਕਰਨ ਵਿੱਚ, ਸਰਕਾਰਾਂ ਵੀ ਲੱਗੀਆਂ ਹੋਈਆਂ ਨੇ, ਵੈਸਾ ਕੇ ਵਾਸਤੇ ਨਾ ਹੋਵੇ। ਪਾਕਿਸਤਾਨ ਸਰਕਾਰ ਨੇ ਵੀ ਉਸ ਨੂੰ ਗ੍ਰਿਫਤਾਰ ਕਰਕੇ ਸਜ਼ਾ ਦੇਣ ਦਾ ਫੈਸਲਾ ਕੀਤਾ ਹੈ, ਉਹਨਾਂ ਵੀ ਇਸ ਗੱਲ ਦਾ ਵਿਸ਼ਵਾਸ ਦਵਾਇਆ ਵੀ ਅੱਗੇ ਵਾਸਤੇ ਐਸੀ ਘਟਨਾ ਨਹੀਂ ਹੋਏਗੀ। ਵੀ ਗੁਰੂ ਨਾਨਕ ਦੇਵ ਜੀ ਜਿਵੇਂ ਤੁਹਾਡੇ ਗੁਰੂ ਨੇ, ਸਾਡੇ ਵੀ ਉਹ ਪੀਰ ਨੇ, ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਸੋ ਗੁਰੂ ਸਾਹਿਬ ਕਿਰਪਾ ਕਰਨ, ਐਸੀ ਘਟਨਾ ਅੱਗੇ ਵਾਸਤੇ ਨਾ ਹੋਵੇ। ਧੰਨਵਾਦ। ਕੀ ਕਹਿਣਾ ਚਾਹੋਗੇ, ਅੱਜ ਤੁਸੀਂ ਵੀ ਜਾ ਰਹੇ ਹੋ ਉੱਧਰ ਦਰਸ਼ਨ ਮਿਲਿਆ, ਇਸ ਜਥੇ ਦੇ ਵਿੱਚ ਜਾ ਰਹੇ ਹੋ? ਬੜੀ ਖੁਸ਼ੀ ਵਾਲੀ ਗੱਲ ਹੈ ਜੀ, ਸਾਡੇ ਨਾਲ ਗਿਆਨੀ ਮਤਲਬ ਇਕਬਾਲ ਸਿੰਘ ਜੀ ਹੁਣੀ ਸਾਬਕਾ ਜਥੇਦਾਰ ਸਾਹਿਬ ਪਟਨਾ ਸਾਹਿਬ, ਡੀ ਪੀ ਸਿੰਘ ਹਜ਼ੂਰ ਸਾਹਿਬ ਤੋਂ ਚਾਵਲਾ ਸਾਹਿਬ ਜਾ ਰਹੇ ਨੇ, ਅਤੇ ਬੜੀ ਖੁਸ਼ੀ ਵਾਲੀ ਗੱਲ ਹੈ ਜੀ। ਆ ਤਾਂ ਸਾਨੂੰ ਉੱਧਰ ਜਾਣਾ ਪਿਆ, ਇੱਧਰ ਦੀਆਂ ਉੱਧਰ ਦੀਆਂ ਸਰਕਾਰਾਂ ਦੀ ਬੜੀ ਅਸੀਂ ਮਿਹਰਬਾਨ ਹੈਗੇ। ਬਾਕੀ ਇੱਕ ਗੱਲ ਇਹ ਵੀ ਹੈ ਕਿ ਮੈਂ 21 ਤਰੀਕ ਨੂੰ ਜਾ ਕੇ ਆਇਆ ਸੀ, 21 ਦਸੰਬਰ ਨੂੰ 21 ਦਸੰਬਰ ਨੂੰ ਜਦੋਂ ਆਏ ਸੀ, ਅਤੇ ਅਸੀਂ ਉੱਥੇ ਬੜੀ ਖੁਸ਼ੀ ਨਾਲ ਗਏ ਸੀ, ਉੱਧਰਲੇ ਲੋਕਾਂ ਨੇ ਬੜਾ ਚਾਅ ਕੀਤਾ ਸਾਡਾ। ਫਿਰ ਉਦੋਂ ਅਸੀਂ 7 ਕਿਲੋ ਭਾਰ ਖੜ ਸਕਦੇ ਸੀ, ਹੁਣ ਇਹਨਾਂ ਨੇ ਬੈਨ ਲਾ ਤਾ 7 ਕਿਲੋ ਭਾਰ 'ਤੇ, ਨਾ ਅਸੀਂ ਉੱਧਰ ਦੀ ਕੋਈ ਨਿਸ਼ਾਨੀ ਲਿਆ ਸਕਦੇ ਹਾਂ, ਨਾ ਇੱਧਰੋਂ ਅਸੀਂ ਕੋਈ ਮਤਲਬ ਲੰਗਰ ਵਾਸਤੇ ਰਸਤਾ ਨਹੀਂ ਖੜ ਸਕਦੇ। ਕੀ ਕਹਿਣਾ ਚਾਹੋਗੇ, ਇਹ ਪਾਬੰਦੀਆਂ ਜਿਹੜੀਆਂ ਕਿਤੇ ਨਾ ਕਿਤੇ ਸੰਗਤ 'ਚ ਕਮੀ ਕਰਦੀਆਂ ਦਿਖਾਈ ਦੇ ਰਹੀਆਂ? ਨਹੀਂ, ਸੰਗਤ 'ਚ ਕੋਈ ਕਮੀ ਨਹੀਂ ਕਰਦੀਆਂ ਦਿਖਾਈ ਦੇ ਰਹੀਆਂ ਜੀ, ਸਾਡੀ ਭਾਰਤ ਸਰਕਾਰ ਵੱਲੋਂ ਹੀ ਹੈ।
ਹੋ ਰਿਹਾ, ਕਿਉਂਕਿ ਜਦੋਂ ਅਸੀਂ ਉੱਧਰ ਗਏ ਸੀ ਅਸੀਂ ਉਹਨਾਂ ਨੇ 21 ਤਰੀਕ ਨੂੰ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਸਾਡੇ ਵੱਲੋਂ ਇੱਧਰੋਂ ਸਮਾਨ ਲਿਆਉਣ ਦੀ ਕੋਈ ਪਾਬੰਦੀ ਨਹੀਂ ਅਤੇ ਨਾ ਇੱਧਰੋਂ ਖੜਨ ਦੀ ਕੋਈ ਪਾਬੰਦੀ ਨਹੀਂ। ਜਿਹੜੀਆਂ ਇਹ ਲਿਮਿਟਸ ਨੇ ਜਾਂ ਜਿਹੜੇ ਅਸੂਲ ਬਣਾਏ ਗਏ ਨੇ ਉੱਧਰ ਜਾਣ ਦੀ, ਜੇ ਇਹਨਾਂ ਦੇ ਵਿੱਚ ਢਿੱਲ ਮੱਠ ਕੀਤੀ ਜਾਵੇ ਤਾਂ ਲੱਗਦਾ ਕਿ ਸੰਗਤ ਦਾ ਹੜ ਆ ਸਕਦਾ? ਹੜ ਆ ਸਕਦਾ ਜੀ, ਉੱਥੇ ਵਾਰੀ ਨਹੀਂ ਆਉਣੀ ਜੀ। ਜਿਸ ਤਰ੍ਹਾਂ ਹਰਿਮੰਦਰ ਸਾਹਿਬ ਮੱਥਾ ਟੇਕਣ ਨੂੰ ਚਾਹੀਦਾ ਨਹੀਂ, ਅਸੀਂ ਜੇ ਆਧਾਰ ਕਾਰਡ 'ਤੇ ਕਰਦੇ ਹਾਂ ਤਾਂ ਉੱਥੇ ਵਾਸਤੇ ਮਤਲਬ ਇੱਥੇ ਨੰਬਰ ਨਹੀਂ ਆਉਣਾ, ਕਰੀ ਇੰਨੀ ਸੰਗਤ ਜਾਏਗੀ ਇਹਨਾਂ ਲੋਕਾਂ ਦੇ ਵਿੱਚ ਉਤਸ਼ਾਹ। ਠੀਕ ਹੈ, ਰੰਗਲਾ ਟੀਵੀ ਲਈ ਗੁਰਦਾਸਪੁਰ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ।